ਕੌਣ ਦੇਗਾ? ਅਤੇ ਆਪਣੀ ਲੋਜਿਸਟਿਕ ਉਹ ਪੈਸੇ ਕਿਉਂ ਦੇਣਗੇ? ਕਦੋਂ ਆ ਰਹੀ ਹੈ ਮੈਡੀਸਿਨ? ਮੈਡੀਸਿਨ ਕਦੋਂ ਆ ਰਹੀ ਹੈ? ਮੈਡੀਸਿਨ ਆ ਰਹੀ ਹੈ ਲੈਣ ਚੱਲੇ, ਤਾਂ ਉਹਨਾਂ ਨੂੰ ਬਾਹਰ ਖਰੀਦਣ ਵਾਸਤੇ ਕਿਉਂ ਕਹਿ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਤੁਹਾਨੂੰ ਬਾਹਰ ਕਿਉਂ ਖਰੀਦਣ ਵਾਸਤੇ ਉਹਨਾਂ ਨੂੰ ਕਹਿ ਰਹੇ ਹੋ? ਦੱਸਿਆ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਕਿਹਨਾਂ ਦੀ ਪਰਚੀ ਆ ਰਹੀ ਹੈ? ਤੁਹਾਨੂੰ ਇਹਨਾਂ ਨੇ ਦੱਸਿਆ ਕਿ 15 ਮਿੰਟ 'ਚ ਦਵਾਈ ਆ ਰਹੀ ਹੈ? ਇਹਨੂੰ ਤਾਂ ਤੈਨੂੰ ਤਾਂ ਸਸਪੈਂਡ ਕਰਾਉਣਾ ਕਾਕਾ। ਕੀ ਨਾਮ ਦੇ ਰਿਹਾ? ਨਾਮ ਕੀ ਦੇ ਰਿਹਾ? ਤਾਂ ਕਿਹੜੇ ਕੈਮੀਕਲ ਦਿੱਤਾ ਤੁਸੀਂ ਲਿਖ ਕੇ? ਮੈਂ ਕਿੰਨੇ ਡੀਲ ਕੀਤਾ? ਕਿੰਨੇ ਕਿਹਾ ਇਹਨਾਂ ਨੂੰ ਕਿ ਬਾਹਰੋਂ ਦਵਾਈ ਲਓ ਜੇ 15 ਮਿੰਟ 'ਚ ਦਵਾਈ ਆ ਰਹੀ ਹੈ? ਤੇ ਲੁੱਟੀ ਪਾਈ ਤੁਸੀਂ ਸਾਰਿਆਂ ਨੇ? ਜਿਨ੍ਹਾਂ ਨੂੰ ਬਾਹਰੋਂ ਕਹੀ ਹੈ ਮੇਰੇ ਕੋਲ ਆਓ ਜਰਾ, ਇੱਕ ਮਿੰਟ ਰੁਕੋ। ਇਹ ਜੇ 15 ਮਿੰਟ 'ਚ ਦਵਾਈ ਆ ਰਹੀ ਹੈ, ਤੁਸੀਂ ਬਾਹਰ ਕਿਸ ਤਰ੍ਹਾਂ ਕਹਿਤਾ ਲੈਣ ਵਾਸਤੇ? ਐਸੇ ਮੈਨੂੰ ਬੁਲਾਓ ਜਰਾ। ਕੀ ਨਾਮ ਕਹਿਣ? ਤੁਹਾਨੂੰ ਤਾਂ ਮੈਂ ਸਸਪੈਂਡ ਕਰਵਾਉਣਾ। ਕੌਣ ਇੰਚਾਰਜ ਇੱਥੇ ਦਾ? ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ 15 ਮਿੰਟ ਰੁਕ ਜਾਓ? ਡਾਕਟਰ ਸਾਹਿਬ, 15 ਮਿੰਟ 'ਚ ਦਵਾਈ ਆ ਰਹੀ ਹੈ ਇੱਥੇ, ਬੋਲ ਰਹੇ ਨੇ ਕਿ ਬਾਹਰ ਜਾ ਕੇ ਖਰੀਦੋ। ਕਿਉਂ ਇਹਨੂੰ ਸਸਪੈਂਡ ਕਰੋ? ਕਿਉਂ ਨਹੀਂ? ਨੋ, ਕਿਉਂ ਸਸਪੈਂਡ ਦਿਸ ਨਰਸ ਪਰਸਨ ਹੂ ਇਜ਼ ਦਾ ਇੰਚਾਰਜ ਓਵਰ ਹੇਅਰ? ਠੀਕ ਹੈ, ਕੋਈ ਥੋੜਾ 5 ਮਿੰਟ ਰੁਕ ਜਾਏ। ਕਹਿੰਦਾ ਨਹੀਂ, ਹੁਣੇ ਸਸਪੈਂਡ ਕਰੋ ਇਹਨੂੰ। ਹੂ ਸਸਪੈਂਡ ਹਿਮ? ਚੱਲ ਕਾਕਾ, ਤੂੰ ਤਾਂ ਬਾਹਰ ਜੀ। ਗਰੀਬਾਂ ਨੂੰ ਲੁੱਟਣ ਦਾ ਠੇਕਾ ਲੈਂਦਾ ਸਾਰਿਆਂ ਨੇ, ਕਿੰਨੇ ਪੈਸੇ ਲੈਂਦੇ ਹੋ ਬਾਹਰੋਂ? 15 ਮਿੰਟ 'ਚ ਦਵਾਈ ਆ ਰਹੀ ਹੈ, ਤੁਸੀਂ ਕਿਹਾ ਕਿਉਂ ਨਹੀਂ ਉਹਨਾਂ ਨੂੰ ਕਿ 15 ਮਿੰਟ 'ਚ ਦਵਾਈ ਆ ਰਹੀ ਹੈ? ਇਹਨਾਂ ਨੂੰ ਪਲੀਜ਼ ਸਸਪੈਂਡਡ ਟ੍ਰਾਂਸਫਰ ਨਹੀਂ ਹੋਏਗਾ, ਹੀ ਵਿਲ ਬੀ ਸਸਪੈਂਡਡ ਐਂਡ ਪੁੱਟ ਅ ਨਿਊ ਪਰਸਨ ਹੇਅਰ। ਬੱਚਾ ਹੋਇਆ ਨਾ, ਮੈਂ ਤੁਹਾਨੂੰ ਕਿਹਾ ਸੀ ਇੱਥੇ ਬੋਰਡ ਲਾਓ, ਚੈੱਕ ਕਰਵਾਇਆ, ਦਵਾਈ ਨਹੀਂ ਹੈ ਲਗਾਇਆ। ਕਿੱਥੇ ਉਹਨਾਂ ਨੇ ਦਵਾਈ ਲਿਖ ਕੇ ਦਿੱਤੀ ਹੈ ਕਿ ਦਵਾਈ ਦਿਓ? ਕੌਣ ਪੜੇਗਾ ਜੀ? ਕੌਣ ਪੜੇਗਾ? ਮੈਨੂੰ ਕੋਲ ਤਾਂ ਪੜਿਆ ਨਹੀਂ ਜਾਂਦਾ। ਇੱਥੇ ਲਾਓ, ਇੱਥੇ ਸਟੈਂਡ ਰੱਖ ਕੇ ਇੱਥੇ ਰੱਖੋ। ਮੈਂ ਕਿਹਾ ਸੀ ਨਾ, ਜਿਹੜੀ ਦਵਾਈ ਮੇਰੀ ਗੱਲ ਹੈ ਡਾਕਟਰ ਸਾਹਿਬ, ਚਾਹੇ 1 ਰੁਪਇਆ ਹੋਏ ਚਾਹੇ 2 ਰੁਪਏ ਹੋਏ, ਜੇ ਦਵਾਈ ਅਵੇਲੇਬਲ ਨਹੀਂ ਤੁਸੀਂ ਪਹਿਲੇ ਮੈਨੂੰ ਤੁਹਾਨੂੰ ਕਹੇ ਮੈਨੂੰ ਦੱਸੋ, ਮੈਂ ਦਵਾਈ ਮੰਗਾਵਾਂਗਾ। ਜਿਹੜੀ ਸਾਡੀ ਲਿਸਟ ਹੈ ਨਹੀਂ ਹੈਗੀ, ਦੈਟ ਇਜ਼ ਅ ਸੈਪਰੇਟ ਲਿਸਟ। ਮਗਰ ਜਿਹੜੀ ਸਾਡੀ ਲਿਸਟ ਹੈ, 15 ਮਿੰਟ ਤੱਕ ਦਵਾਈ ਆ, 2 ਦਿਨ ਬਾਅਦ ਜੇ ਦਵਾਈ ਆ,